इन्वेस्टिगेट करते हैं, इन्फॉर्मेशन मिली सी सवेरे, तो पुलिस पार्टी उदी सच हो गया, सारे इतने मौके पर आ गए, इन्वेस्टिगेशन शुरू करते हैं, स्टेटमेंट इन्हों रिकॉर्ड कर ले, परचा दर्ज कर रहे हैं, तो अगे जी भी तफ्तीश के तत्थ आने उन्होंने फिर लभ लेंगे। हाले कुछ नहीं कह सकते, हाले फोरेंसिक वाले आपका काम कर रहे हैं, फोरेंसिक वाले तो पता लगेगा भी की कोई इट वजी है या कोई होर चीज वजी है, उस हिसाब से पता लग जाएगा। वो प्यार परिवार वालों बेसिकली यही है भी शाम को अपना हिकिंदर कौर यदा घर वाला तो यदि बेटी जी है अपना रोटी पानी खा के सौ गए थे, तो रात यह कोई सवेरे 4 बजे उठा यदा घर वाला, तो इन्हें जो देखा तो अपनी यदि घरवाली उत्थे जिते पे थे उत्थे मिसिंग से उत्थे नहीं सी, तो इन्हें आसे पासे देखा तो पिछे जाके वो जी हवेली है वो इन देखा भी उत्थे पई है, तो फिर इन्हें जाके अपनी बेटी उठाया, तो उस तो बाद दस्या पुलिस को इनफॉर्म किया पंचायत में। नहीं हले कुछ कहना वाजिब नहीं होगा, मेडिकल तो फोरेंसिक्स हो उस तो बाद जिहड़े सबूत इकट्ठे करके फिर लभ लांगे बंदे नूं। ਮੇਰੇ ਨਾਲ ਕਾਲਾ ਤੁਹਾਡੇ ਘਰ ਦੀ ਨਾ ਕੀ ਵਾਕਿਆ ਹੈ ਜੀ? ਵਾਕਿਆ ਭਾਜੀ ਕੀ ਹੋਣਾ, ਮੈਂ ਇਦਾਂ ਗੱਡੀ ਤੋਂ ਆਇਆ ਤੇ ਘਰ ਆਣ ਕੇ ਸੁੱਤਾ ਵਾਂ ਤੇ ਪਤਾ ਨਹੀਂ ਲੱਗਾ, ਦਿਨ ਮੈਂ ਤੜਕੇ ਉੱਠਿਆ, ਮੈਂ 4 ਵਜੇ ਉੱਠ ਕੇ ਬਾਥਰੂਮ ਕੀਤਾ, ਬਾਥਰੂਮ ਕਰਕੇ ਮੈਂ ਕੁੜੀ ਨੂੰ ਪੁੱਛਿਆ ਤੇਰੀ ਮੰਮੀ ਕਿੱਥੇ ਆ, ਉਹ ਕਹਿੰਦੀ ਹੋਈ ਸੁੱਤੀ ਨਹੀਂ, ਤੇ ਮੈਂ ਉੱਠ ਕੇ ਵੇਖਿਆ 4 ਵਜੇ ਲਾਈਟ ਲੂਟ ਜਗਾ ਕੇ ਵੇਖਿਆ ਦਿਖੀ ਨਹੀਂ ਕਿਤੇ, ਮੁੜ ਕੇ ਮੈਂ ਇੱਧਰ ਆ ਗਿਆ ਵਾਂ, ਇੱਧਰ ਆਣ ਕੇ ਵੇਖਿਆ ਸਾਹਮਣੇ ਗੜਵੀ ਦਿਖੀ ਆ ਮੈਨੂੰ, ਗੜਵੀ ਦਿਖੀ ਆ ਤੇ ਮੈਂ ਵੇਖਿਆ ਤੇ ਡਿੱਗੀ ਉੱਥੇ, ਮੈਂ ਭੱਜ ਕੇ ਜਾ ਕੇ ਚੁੱਕਣ ਪਿਆ ਵਾਂ, ਤੇ ਇਹਦੇ ਮੂੰਹ 'ਚੋਂ ਖੂਨ ਖਾਣ ਵਗਣ ਡਿਆ ਸੀਗਾ। ਉਧਰੋਂ ਕਿੱਦਾਂ ਇੱਧਰ ਆਏ ਕਿਸੇ ਨੇ? ਪਤਾ ਨਹੀਂ, ਸਮਝ ਨਹੀਂ ਲੱਗੀ ਭਾਜੀ ਕੌਣ ਲਿਆ, ਕਿਸੇ ਨਾਲ ਦੁਸ਼ਮਣੀ ਕੋਈ ਤੁਹਾਡੀ? ਕਿਸੇ ਨਾਲ ਕੋਈ ਭਾਜੀ ਦੁਸ਼ਮਣੀ ਨਹੀਂ ਮੇਰੀ। ਕਿੰਨੇ ਬੱਚੇ ਤੁਹਾਡੇ? 3 ਬੱਚੇ ਭਾਜੀ ਮੇਰੇ। ਕੀ ਮੰਗ ਕਰਦੇ ਹੋ ਜੀ ਭਾਜੀ? ਮੈਂ ਮੰਗ ਇਹੀ ਕਰਦਾ ਵੀ ਜਿੰਨੇ ਇਹਦੇ ਨਾਲ ਕੰਮ ਕੀਤਾ ਵੱਧ ਤੋਂ ਵੱਧ ਸਜ਼ਾ ਚਾਹੀਦੀ ਆ। ਮੈਨੂੰ ਬਹੁਤ ਮੇਰੇ ਮਨ ਪਤਾ ਨਹੀਂ ਕੀ ਗੱਲ, ਮੈਂ ਤਾਂ ਆਪਣੇ ਸਹੁਰਿਓਂ ਆਈ ਹਾਂ, ਰਾਤੀ ਮੈਂ ਨਾਲ ਬੜੀ ਵਧੀਆ ਉਹਨਾਂ ਨੇ ਗੱਲ ਕੀਤੀ, ਤੇ ਅੱਜ ਦਿਨੇ 5 ਵਜੇ ਪਤਾ ਲੱਗਾ ਵੀ ਆਹ ਗੱਲ ਹੋ ਗਈ ਆ। ਬਾਕੀ ਜਿਨ੍ਹਾਂ ਨੇ ਵੀ ਕੀਤਾ ਹੈਣਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ, ਸਾਨੂੰ ਇਨਸਾਫ ਮਿਲੇ, ਸਾਡੀ ਮਾਂ ਨੇ ਜਿਹਨੇ ਵੀ ਕੀਤਾ ਇਹ ਸਾਰਾ ਕੁਛ, ਮੇਰੇ 2 ਭੈਣ ਭਰਾ ਨੇ ਉਹ ਹਾਲੇ ਕੁਆਰੇ ਨੇ, ਉਹ ਕੀ ਕਰਨਗੇ ਵਿਚਾਰੇ, ਪਿਓ ਸਾਡਾ ਉਹਨੇ ਉਹਨਾਂ ਦੀ ਲੱਤ ਟੁੱਟੀ ਆ, ਉਹਨਾਂ ਕੋਲ ਕੰਮ ਕਰਨਾ ਹੀ ਹੁੰਦਾ, ਮੇਰਾ ਭਰਾ ਇਕੱਲਾ ਕੰਮ ਕਰਦਾ, ਭੈਣ ਮੇਰੀ ਵਿਆਹਣ ਵਾਲੀ ਹਾਲੇ, ਜਿਹਨੇ ਵੀ ਇਹ ਕੀਤਾ ਸਾਨੂੰ ਇਨਸਾਫ ਜਲਦੀ ਤੋਂ ਜਲਦੀ ਮਿਲੇ। ਇਹ ਤੇ ਸ਼ੱਕ ਆ ਤੁਹਾਨੂੰ ਕੋਈ ਕਿਸੇ ਨੇ ਕੋਈ? ਹਾਂਜੀ ਕਿਸੇ ਤੇ ਸ਼ੱਕ ਹੋਏ ਤੁਹਾਨੂੰ ਕੋਈ? ਨਹੀਂ ਸ਼ੱਕ ਕੋਈ ਨਹੀਂ ਆਨ ਕਿਸੇ ਤੇ, ਸਾਨੂੰ ਇਹ ਵੀ ਨਹੀਂ ਪਤਾ ਕਿੰਨੇ ਕੀਤਾ ਕਿੰਨੇ ਨਹੀਂ ਕੀਤਾ, ਇਹਦੇ ਦਿਨੇ ਤੜਕੇ ਉੱਠ ਕੇ ਮੇਰੀ ਛੋਟੀ ਭੈਣ ਨੇ ਦੇਖਿਆ ਏ, ਤਾਂ ਫਿਰ ਪਤਾ ਲੱਗਾ, ਫਿਰ ਉਹਨਾਂ ਨੇ ਫੋਨ ਕੀਤਾ ਸਾਰਿਆਂ ਨੂੰ, ਬਾਕੀ ਇਹਨਾਂ ਦੇ ਜੋ ਵੀ ਹੋਇਆ ਵਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਪਿਛਲੇ ਕਮਰੇ 'ਚ ਕਿੱਦਾਂ ਗਏ? ਉੱਥੇ ਤੁਸੀਂ ਰਹਿ ਨਹੀਂ ਰਹੇ, ਇੱਥੇ ਰਹਿ ਰਹੇ ਅੱਗੇ, ਇਹ ਪਤਾ ਤੁਹਾਨੂੰ ਕੁਝ? ਹਾਂਜੀ ਇਹਦਾ ਕੋਈ ਪਤਾ ਨਹੀਂ ਸਾਨੂੰ।